डायमंड कीता, उस तो बाद अश के अमरिंदर गिल नाल काम कीता, उस सबब किवें बनया ते किवें दा एक्सपीरियंस सीगा? बहुत वधिया एक्सपीरियंस रहा जी। ਉਹ ਲਾਸਟ ਮਿੰਟ ਉਹ ਮਤਲਬ ਉਦੋਂ ਉਹ ਰੋਲ ਲੱਭ ਰਹੇ ਸੀ ਉਹ ਕੁੜੀ ਦਾ ਜਿਹੜੀ ਸੈਕਿੰਡ ਲੀਡ ਸੀਗੀ, ਅਤੇ ਉਦੋਂ ਆਈ ਗੈਸ ਉਹਨਾਂ ਨੂੰ ਹੋਰ ਕੋਈ ਆਪਸ਼ਨਸ ਵੀ ਨਹੀਂ ਸੀਗੇ। ਸੋ ਮਤਲਬ ਉਦੋਂ ਮੈਨੂੰ ਯਾਦ ਹੈ ਆਈ ਥਿੰਕ ਸੁੱਖ ਨੇ ਕਿਹਾ ਸੀਗਾ ਕਿ ਸੁੱਖ ਸਿੰਘ ਰਾਜੀ ਕਿ ਰੁਪਈਆ ਆ ਜਾਏ ਕਿ ਉਹਦੀ ਆਡੀਸ਼ਨ ਤਾਂ ਦੇ ਦੇ, ਅਤੇ ਸੋ ਆਡੀਸ਼ਨ ਕੀਤਾ ਅਤੇ ਅਗਲੇ ਦਿਨ। ਓਕੇ ਨਾਈਸ। ਗੁਰਨਾਮ ਫੁੱਲਰ ਜਾਂ ਅਮਰਿੰਦਰ ਗਿੱਲ ਕਿਹਦੇ ਨਾਲ ਕੰਮ ਕਰਕੇ ਜ਼ਿਆਦਾ ਵਧੀਆ ਲੱਗਿਆ? ਨੋ ਆਈ ਕੈਂਟ ਡਿਸਾਈਡ। ਯੂ ਕੈਂਟ ਡਿਸਾਈਡ? ਨੋ ਨੋ ਚੋਇਸ। ਅਤੇ ਇਹ ਤਾਂ ਫਨ ਲਵਿੰਗ ਹੈ ਅਮਰਿੰਦਰ ਗਿੱਲ ਸੈੱਟ 'ਤੇ? ਉਹ ਤਾਂ ਮਤਲਬ ਉਹ ਆਫਕੋਰਸ ਉਹ ਓਬਵੀਅਸਲੀ ਸੀਨੀਅਰ ਤਾਂ ਹੈ ਓਬਵੀਅਸਲੀ, ਪਰ ਉਹ ਸੀਰੀਅਸ ਰਹਿੰਦੇ ਜਿਹਦੇ ਵੀ ਕਿ ਉਹ ਮੀਡੀਆ ਸਾਹਮਣੇ ਵੀ ਨਹੀਂ ਇੱਦਾਂ ਇੰਨਾ ਆਉਂਦੇ, ਰਾਈਟ? ਅਤੇ ਸੀਰੀਅਸ ਰਹਿੰਦੇ ਆ ਕਿਵੇਂ? ਨਹੀਂ ਸੀਰੀਅਸ ਨਹੀਂ, ਹੀ ਇਜ਼ ਵੈਰੀ ਕਾਈਂਡ, ਬਹੁਤ ਰਿਸਪੈਕਟ ਮਤਲਬ ਰਿਸਪੈਕਟ ਦਿੰਦੇ ਨੇ ਉਹ, ਮਤਲਬ ਬਹੁਤ ਫੈਮਿਲੀ ਵਾਂਗੂ ਰਹਿੰਦੇ। ਰਾਈਟ। ਸੋ ਰਿਲੇਸ਼ਨਸ਼ਿਪ ਦੀ ਮੈਂ ਗੱਲ ਕਰਾਂ, ਪਿਆਰ ਦੀ ਗੱਲ ਕੀਤੀ ਹੈ, ਸੋ ਤੁਹਾਡੇ ਇੱਕ ਡਾਇਲੋਗ ਵੀ ਹੈ ਕਿ 7-8 ਮਹੀਨੇ ਬਾਅਦ ਇੱਕ ਆਰਟਿਸਟ ਉੱਠਦਾ, ਡੂ ਯੂ ਅਗਰੀ? ਹਾਂਜੀ, ਸ਼ਾਇਦ ਸਟਾਰ ਆਉਂਦੇ ਆ ਕੁਛ ਟਾਈਮ ਬਾਅਦ, ਸਟਾਰ ਬਦਲਦੇ ਰਹਿੰਦੇ ਆ। ਮੈਂ ਅਕਸਰ ਕਹਿੰਦਾ ਕਿ ਕਿਸੇ ਇਹ ਐਸੀ ਸੁਰ ਜਾਂ ਸਟਾਰ, ਇਹ ਐਸੀ ਚੀਜ਼ ਆ ਕਿ ਕੋਈ ਐਂ ਨਹੀਂ ਕਹਿ ਸਕਦਾ ਕਿ ਮੇਰੀ ਆ ਜਾਂ ਮੈਂ ਹੁਣ ਆਈ ਔਨ ਇਟ, ਨੋਬਡੀ ਔਨਸ ਇਟ, ਚੇਂਜ ਹੁੰਦੀ ਰਹਿੰਦੀ। ਰਾਈਟ। ਸਭ ਤੋਂ ਜ਼ਿਆਦਾ ਵੱਧ ਤੁਸੀਂ ਪਿਆਰ ਵਿੱਚ ਕੀ ਕੀਤਾ? ਮੈਂ ਜੀ ਇੱਕ ਟਾਈਮ 'ਤੇ ਮੈਨੂੰ ਬੜਾ ਕਰੇਜ਼ ਹੁੰਦਾ ਸੀ, ਉਦੋਂ ਮੈਂ ਬਹੁਤ ਸਾਰੇ ਪ੍ਰੈਜ਼ੈਂਟਸ ਲਏ ਆ, ਪਿਆਰ ਦਿੱਤੇ। ਡਾਇਮੰਡ ਕੀਤਾ, ਉਸ ਤੋਂ ਬਾਅਦ ਅਸ਼ਕੇ ਅਮਰਿੰਦਰ ਗਿੱਲ ਨਾਲ ਕੰਮ ਕੀਤਾ, ਉਹ ਸਬਬ ਕਿਵੇਂ ਬਣਿਆ ਅਤੇ ਕਿਵੇਂ ਦਾ ਐਕਸਪੀਰੀਅੰਸ ਸੀਗਾ? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ। ਉਹ ਲਾਸਟ ਮਿੰਟ ਉਹ ਮਤਲਬ ਉਦੋਂ ਉਹ ਰੋਲ ਲੱਭ ਰਹੇ ਸੀ ਉਹ ਕੁੜੀ ਦਾ ਜਿਹੜੀ ਸੈਕਿੰਡ ਲੀਡ ਸੀਗੀ, ਅਤੇ ਉਦੋਂ ਆਈ ਗੈਸ ਉਹਨਾਂ ਨੂੰ ਹੋਰ ਕੋਈ ਆਪਸ਼ਨਸ ਵੀ ਨਹੀਂ ਸੀਗੇ। ਸੋ ਮਤਲਬ ਉਦੋਂ ਮੈਨੂੰ ਯਾਦ ਹੈ ਆਈ ਥਿੰਕ ਸੁੱਖ ਨੇ ਕਿਹਾ ਸੀਗਾ ਕਿ ਸੁੱਖ ਸਿੰਘ ਰਾਜੀ ਕਿ ਰੁਪਈਆ ਆ ਜਾਏ ਕਿ ਉਹਦੀ ਆਡੀਸ਼ਨ ਤਾਂ ਦੇ ਦੇ, ਅਤੇ ਸੋ ਆਡੀਸ਼ਨ ਕੀਤਾ ਅਤੇ ਅਗਲੇ ਦਿਨ। ਓਕੇ ਨਾਈਸ। ਗੁਰਨਾਮ ਫੁੱਲਰ ਜਾਂ ਅਮਰਿੰਦਰ ਗਿੱਲ ਕਿਹਦੇ ਨਾਲ ਕੰਮ ਕਰਕੇ ਜ਼ਿਆਦਾ ਵਧੀਆ ਲੱਗਿਆ? ਨੋ ਆਈ ਕੈਂਟ ਡਿਸਾਈਡ। ਯੂ ਕੈਂਟ ਡਿਸਾਈਡ? ਨੋ ਨੋ ਚੋਇਸ। ਅਤੇ ਇਹ ਤਾਂ ਫਨ ਲਵਿੰਗ ਹੈ ਅਮਰਿੰਦਰ ਗਿੱਲ ਸੈੱਟ 'ਤੇ? ਉਹ ਤਾਂ ਮਤਲਬ ਉਹ ਆਫਕੋਰਸ ਉਹ ਓਬਵੀਅਸਲੀ ਸੀਨੀਅਰ ਤਾਂ ਹੈ ਓਬਵੀਅਸਲੀ, ਪਰ ਉਹ ਸੀਰੀਅਸ ਰਹਿੰਦੇ ਜਿਹਦੇ ਵੀ ਕਿ ਉਹ ਮੀਡੀਆ ਸਾਹਮਣੇ ਵੀ ਨਹੀਂ ਇੱਦਾਂ ਇੰਨਾ ਆਉਂਦੇ, ਰਾਈਟ? ਅਤੇ ਸੀਰੀਅਸ ਰਹਿੰਦੇ ਆ ਕਿਵੇਂ? ਨਹੀਂ ਸੀਰੀਅਸ ਨਹੀਂ, ਹੀ ਇਜ਼ ਵੈਰੀ ਕਾਈਂਡ, ਬਹੁਤ ਰਿਸਪੈਕਟ ਮਤਲਬ ਰਿਸਪੈਕਟ ਦਿੰਦੇ ਨੇ ਉਹ, ਮਤਲਬ ਬਹੁਤ ਫੈਮਿਲੀ ਵਾਂਗੂ ਰਹਿੰਦੇ। ਰਾਈਟ। ਸੋ ਰਿਲੇਸ਼ਨਸ਼ਿਪ ਦੀ ਮੈਂ ਗੱਲ ਕਰਾਂ, ਪਿਆਰ ਦੀ ਗੱਲ ਕੀਤੀ ਹੈ, ਸੋ ਤੁਹਾਡੇ ਇੱਕ ਡਾਇਲੋਗ ਵੀ ਹੈ ਕਿ 7-8 ਮਹੀਨੇ ਬਾਅਦ ਇੱਕ ਆਰਟਿਸਟ ਉੱਠਦਾ, ਡੂ ਯੂ ਅਗਰੀ? ਹਾਂਜੀ, ਸ਼ਾਇਦ ਸਟਾਰ ਆਉਂਦੇ ਆ ਕੁਛ ਟਾਈਮ ਬਾਅਦ, ਸਟਾਰ ਬਦਲਦੇ ਰਹਿੰਦੇ ਆ। ਮੈਂ ਅਕਸਰ ਕਹਿੰਦਾ ਕਿ ਕਿਸੇ ਇਹ ਐਸੀ ਸੁਰ ਜਾਂ ਸਟਾਰ, ਇਹ ਐਸੀ ਚੀਜ਼ ਆ ਕਿ ਕੋਈ ਐਂ ਨਹੀਂ ਕਹਿ ਸਕਦਾ ਕਿ ਮੇਰੀ ਆ ਜਾਂ ਮੈਂ ਹੁਣ ਆਈ ਔਨ ਇਟ, ਨੋਬਡੀ ਔਨਸ ਇਟ, ਚੇਂਜ ਹੁੰਦੀ ਰਹਿੰਦੀ। ਰਾਈਟ। ਸਭ ਤੋਂ ਜ਼ਿਆਦਾ ਵੱਧ ਤੁਸੀਂ ਪਿਆਰ ਵਿੱਚ ਕੀ ਕੀਤਾ? ਮੈਂ ਜੀ ਇੱਕ ਟਾਈਮ 'ਤੇ ਮੈਨੂੰ ਬੜਾ ਕਰੇਜ਼ ਹੁੰਦਾ ਸੀ, ਉਦੋਂ ਮੈਂ ਬਹੁਤ ਸਾਰੇ ਪ੍ਰੈਜ਼ੈਂਟਸ ਲਏ ਆ, ਪਿਆਰ ਦਿੱਤੇ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।